अस्सलाम वालेकुम नाज़रीन, मैं साजिद मिठापुरिया, तो तुम देख रहे हो सज्जाद जानी ऑफिशियल। नाज़रीन एक बार फिर फैसलाबाद के इलाके मकुआने के पहुंचे हैं। तो मकुआने के कुछ दोस्त अहबाब ने पिछे जे एक शो किया, ऐ भाई मेरे नाल से, तो तू भी नाल से, ऐ भाई भी नाल से, तो इन्होंने हम दोबारा इनवाइट किया मकुआने के। इंशाल्लाह मकुआने का शो जो तुम्हें पता कि हर वारी अच्छा और आला और अच्छी अच्छी गल् नवी नवी गल् सुनने को मिलती हैं। और इस बार देखते हैं जो भी थोड़े नसीब होने अच्छिया हो फिकिया होने तुम्हें कबूल करनी वा। बाकी करैक्टर अपने को पहुँच चुके हैं, आस्ता आस्ता होर करैक्टर भी आने खुलन गए, क्योंकि फस्ट एक्सपीरियंस है ना। आप तोर के गल्ला बात लवेंगे, लेकिन प्यार मुहब्बत ना, ठीक है ना। सलाम वालेकुम भैन। वालेकुम सलाम। की नाम भैन तुहाडा? मोहतशम। ओके, सलाम वालेकुम। वालेकुम सलाम। सलाम का जवाब तो उची दे, जुग तू भावे ना उची करी। नहीं नहीं, मैं कहड़ा तुहाडे पैसे देने। अच्छा, तू एडा हौली सलाम का जवाब देना, हुण जे मुसलमान होया? नहीं, मैं दिल दे मरीज लगदे। दिल दे मरीज की? मैं तेरे फड़ पानी पिया दे, मैनू कहता ठीक है। मैं कहा मुण के तुहाडे वर्गे ऐ वी कुछ खांदे। एडी उच्च सलाम ला लिया। ਏਦਾਂ ਦੇ ਬੰਦੇ ਵੱਡੀ ਤੇ ਮਰ ਕੇ ਸਾਰਿਆਂ ਦੀ ਈਦ ਖਰਾਬ ਕਰ ਦਿੰਦੇ। ਉਹਨੇ ਜਿਹੜੀ ਜੁਗਤ ਕੀਤੀ ਕੀਤੀ ਉਹ ਕੁਕਰ ਨਾ ਤੁਸੀਂ ਪਾਇਨ ਭਾਈ ਖੁਸਰਾ ਵਾ ਤੇ ਗੱਡੀ ਪਿੱਛੇ ਲਖਾਇਆ ਵਾ ਖਤਰੋ ਕੇ ਖਿਲਾੜੀ। ਇਹ ਵੀ ਸੱਤ ਭਰਾ ਕਾਲੇ ਕਾਲੇ, ਇਹਨਾਂ ਘਰ ਚੋਰ ਆਏ, ਉਹ ਲੁੱਟ ਕੇ ਤੇ ਕੁਛ ਨੀ ਲਿਆ, ਕਰੀਮਾਂ ਲਿਖ ਕੇ ਦੇ ਗਏ। फिल्म बन गई रोटी वाले हाथ। सदर साहब कब्रस्तान गए, कहन लग गए मैं इलेक्शन करवाना तुसीं भी याद रखियो। भाई हुण जहाज बह गए। लो नाज़रीन करैक्टर चेंज कर दिते ने। ओए तू उथे बैठा वा, इधरों होया चेंज, सॉरी यार। आ भाई जी ने पिछे कहा सीगा कुहाड़ी मार के दा दित्ती है, वो आ गए ते इधर। अस्सलाम वालेकुम। वालेकुम सलाम। क्या हाल है भाई? ठीक ठाक। ए देखा तो ਤੁਹਾਨੂੰ ਤੇ ਬੱਚੇ ਨੂੰ ਜ਼ਿਆਦਾ ਤਮੀਜ਼ ਹੋਆ, ਉਹਨੇ ਸਲਾਮ ਤੋਂ ਤੇ ਅਦਬ ਦਾ ਲਈਏ ਨਾ। ਅਸੀਂ ਪੈਰੀ ਪਾ ਕੇ ਲੈ ਲਈਏ। ਵਾਲੇਕੁਮ ਸਲਾਮ। ਓ ਪੈਰੀ ਨਾ ਪਈ ਓਏ। ਜੀ ਬੇਟਾ ਕੀ ਹਾਲ ਹੈ? ਭਾਈ ਦਾ ਮੂੰਹ ਇਦਾਂ। ਓ ਹਾਲ ਚਾਲ ਤੇ ਦੱਸ, ਤੂੰ ਪੜਦਾ ਕਿੰਨਵੀਂ ਚਾ? ਤੇਰੇ ਕੋਲ ਡਾਇਰੈਕਟ ਮੈਂ ਜੁਗਤਾ ਲਈ, ਲੋਕਾਂ ਨੇ ਕਿਹੜਾ ਬੱਚੇ ਜੁਗਤਵਾਦ ਬਣਾਉਣ ਡਏ ਆ, ਪੜਦਾ ਕਿ ਨਹੀਂ? ਜੀ ਜੀ। ਹਾਂ ਹੁਣ ਕਰ ਜੁਗਤ। ਗਰੀਬਾਂ ਦਾ ਸਕੋਲਡੀ ਕਾਰਡ ਹੁੰਦਾ। ਹਾਂਜੀ ਹੋਰ ਕਰ। बुरखा पा गुड्डा लुटिया। इहदे अब्बू ने इहनू घड़ी लिया के दित्ती ते घड़ी निकली खुली।
ਤੇ ਗੁੱਟ ਚ ਪੂਰੀ ਨਾਈ ਤੇ ਗਿੱਟੇ ਚ ਪਾ ਕੇ ਤੁਰਿਆ ਫਿਰੇ ਆਹ ਭਾਈ ਦਾ ਰਿਸ਼ਤਾ ਨਹੀਂ ਸੀ ਹੁੰਦਾ ਆਹ ਭਾਈ ਦਾ ਐ ਭਾਈ ਦਾ ਉਹ ਤੁਸੀਂ ਕਿਹੜਾ ਨਵੀਨੇ ਐ ਭਾਈ ਤੇ ਰਿਸ਼ਤਾ ਨਹੀਂ ਸੀ ਹੁੰਦਾ ਕਿਉਂ ਨਹੀਂ ਹੋਇਆ ਵੀ ਪੁੱਛੋ ਨਾ ਮੈਂ ਪੁੱਛੀ ਤੇ ਜਾਣਦਾ ਕਿਉਂ ਨਹੀਂ ਹੋਇਆ ਤੇ ਸਲਾਈ ਪਿਆ ਤੂੰ ਮੇਰਾ ਪਰੌਣੇ ਆਏ ਇਹਨਾਂ ਨੇ ਚਾਹ ਨਾ ਧਵਾਣੇ ਰੱਖਤਾ ਉਹਨੇ ਕਿਹਾ ਐ ਸਾਰਾ ਖਾਣਾ ਨਹੀਂ ਪਾਗਾ ਤਾਂ ਮੈਂ ਨਹੀਂ ਕਰਦਾ ਇੱਥੇ ਮੇਰੇ ਮਾਮੂ ਨਾ ਮਾਮੂ ਆ ਮੇਰੇ ਸਾਥੀ ਸਕੇ ਦੰਦੀ ਵੜ ਦਿੰਦਾ ਮੈਂ ਇਹਨਾਂ ਦਾ ਮੈਂ ਦੇਖੋ ਮੈਂ ਹੋਰ ਮੈਕ ਦਿੰਦਾ ਇਹਨਾਂ ਦਾ ਇੱਕ ਭਰਾ ਕੁਬਾ ਤੇ ਉਹ ਬਾਹਰ ਖੜਾ ਉਹਨੂੰ ਕੋਈ ਛਿਛੜੇ ਪਾ ਗਿਆ ਕੁੱਤਾ ਸਮਝ ਗਿਆ ਐ ਭਾਈ ਦਾ ਵਿਆਹ ਨਹੀਂ ਆਉਂਦਾ ਐ ਭਾਈ ਦਾ ਵਿਆਹ ਨਹੀਂ ਸੀ ਆਉਂਦਾ ਤੇ ਘਰਦਿਆਂ ਨੇ ਕਿਹਾ ਚਲ ਆ ਤੇ ਨਾਲ ਕੁੜੀ ਪਸੰਦ ਕਰਾ ਕੇ ਲਿਆਈ ਕੁੜੀਆਂ ਸਾਹਮਣੇ ਤਿੰਨ ਬੈਠੇ ਨੇ ਕਹਿੰਦਾ ਜੀ ਉਹਨਾਂ ਨੇ ਪੁੱਛਿਆ ਇਹਨਾਂ ਕਰਾਉਣਾ ਉਹਨੇ ਕਹਿੰਦਾ ਜੀ ਇਹਨਾਂ ਕਰਾਉਣਾ ਉਹਨੇ ਕਹਿੰਦਾ ਜੀ ਕਹਿੰਦਾ ਜੀ ਉਹਨਾਂ ਕਰਾਉਣਾ ਜਿਹਨਾਂ ਇਹਨੇ ਕਿਹਾ ਨਾ ਕਰਾਉਣਾ ਉਹ ਅੱਗੇ ਆਇਆ ਤੁਰੀ ਜਾਵੇ ਇਹ ਭਾਈ ਨੇ ਦਰਜੀ ਕੋ ਮਾਰ ਖਾ ਲਈ ਉਹ ਕਿਉਂ ਉਹਨੂੰ ਕਹਿੰਦਾ ਪੈਂਟ ਸੀਣੀ ਕਿੰਨੇ ਪੈਸੇ ਕਹਿੰਦਾ 400 ਤੇ ਕਹਿੰਦਾ ਕੱਛਾ ਕਹਿੰਦਾ 200 ਕਹਿੰਦਾ ਕੱਛਾ ਸੀਨੇ ਲਵਾਈ ਉਹਦੀ ਗਿੱਟਿਆਂ ਤੱਕ ਹੋਵੇ ਲਓ ਜੀ ਇਹਦੇ ਵਾਸਤੇ ਤਾੜੀਆਂ ਯਾਰ ਮਾਰ ਦਿਓ ਕੋਈ ਰੌਲਾ ਨਹੀਂ ਆਓ ਪਾਂਸਰ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਓਕੇ ਹੋ ਗਿਆ ਮਿਲ ਗਿਆ ਹੱਥ ਕੋਈ ਰੌਲਾ ਨਹੀਂ ਲਓ ਨਾਜ਼ਰੀਨ ਉਹ ਕਰੈਕਟਰ ਨੂੰ ਉੱਠਾ ਦਿੱਤਾ ਉਹਨੇ ਅੱਛੀਆਂ ਗੱਲਾਂ ਕੀਤੀਆਂ ਲੇਕਿਨ ਕੀਤੀਆਂ ਸਾਰੀਆਂ ਉਹਨੇ ਤੁਹਾਨੂੰ ਪਤਾ ਹੀ ਆ ਅਸਲਾਮ ਅਲੈਕੁਮ ਸਰ ਵਾਲੇਕੁਮ ਅਸਲਾਮ ਬਣ ਕੇ ਯਾਰ ਠੀਕ ਹੋ ਠੀਕ ਠਾਕ ਜੀ ਭੈਣ ਆਓ ਬਾਈ ਸਾਡੇ ਸਦਰ ਹੈਗੇ ਆ ਵਾਲਾ ਹਾਂਜੀ ਤੇ ਦੇਖ ਲਓ ਉਹਨਾਂ ਨੇ ਜਰਾਬਾਂ ਨਹੀਂ ਪਾਈਆਂ ਸਾਡਾ ਕੀ ਬਣੂ ਕੁਝ ਵੀ ਨਹੀਂ ਜੇਬ 'ਚ ਪਾਈਆਂ ਉਹਨੇ ਹਾਂਜੀ ਸਦਰ ਸਾਹਿਬ ਤੇ ਕੈਮਰੇ ਵਾਲੇ ਕੋ ਜੁੱਤੀਆਂ ਖਾ ਲਈਆਂ ਉਹਨੇ ਡੋਨ ਕੈਮਰਾ ਛੱਡਿਆ ਨੇ ਦਾਣਾ ਪਾ ਦਿੱਤਾ ਪਾਣ ਤੁਹਾਡਾ ਕੀ ਜ਼ਹਾਰੇ ਖਿਆਲ ਆ ਸਦਰ ਦੇ ਬਾਰੇ ਬਹੁਤ ਮਾੜਾ ਪੋਜੀਸ਼ਨ ਹੀ ਨਹੀਂ ਅੱਛੀ ਲੱਗਦੀ ਇਹ ਸਦਰ ਸਾਹਿਬ ਆ ਤੇ ਇਹਨਾਂ ਦੀ ਆਪਣੀ ਗਲੀ ਟੁੱਟੀ ਹੈ ਸਾਨੂੰ ਇਹਨਾਂ ਨੇ ਕੀ ਸਿੱਧਿਆ ਬਦਰਿਆ ਕਰਨਾ ਮੇਰਾ ਤੇ ਹੁਣ ਇਹਨਾਂ ਨੂੰ ਦੇਖ ਕੇ ਵੋਟ ਪਾਉਣ ਨੂੰ ਵੀ ਨਹੀਂ ਦਿਲ ਕਰਦਾ ਸਦਰ ਸਾਹਿਬ ਦੀ ਡਰੈਸਿੰਗ ਦੇਖ ਲਓ ਉੱਤੇ ਜੈਕਟ ਪਾਈ ਥੱਲੇ ਪੱਟੀਦਾਰ ਗੁੱਡਾ ਪਾਇਆ ਆ ਭਾਈ ਹੁਣੀ ਨਾ ਇਸਤਰੀ ਸਹੀ ਕਰਨ ਦੇ ਸੀ ਤੇ ਇਹਨੇ ਨਾ ਸੋਚ ਅਦੇ ਵੇਚ ਦੇਣ ਲੱਗੇ ਸੀ ਨਾ ਇਸਤਰੀ ਦਾ ਯਾਰ ਸੋਚ ਵੇਚ ਦੇਣ ਲੱਗੇ ਤੇ ਬੁੱਢੀ ਆਈ ਤੇ ਬੁੱਢੀ ਨੇ ਇਹਨਾਂ ਨੂੰ ਆਪਣੇ ਇੰਨੇ ਦੁੱਖ ਸੁਣਾਤੇ ਇਹਨਾਂ ਨੇ ਸੋਚ ਛੱਡ ਗਏ ਆਪਣੀਆਂ ਉਂਗਲੀਆਂ ਵੇਚ ਦੇ ਇੰਨੇ ਚਿਰ ਭਲਾ ਕਿਉਂ ਬਣੇ ਆ ਕਿਉਂ ਬਣੇ ਆ ਸਾਡੇ ਸਦਰ ਸਾਹਿਬ ਇੱਥੇ ਆ ਉਹ ਆ ਵੀ ਆ ਗਿਆ ਭਾਈ ਹੁਣੀ ਜੁੱਤੀ ਵਾਲੀ ਦੁਕਾਨ ਤੇ ਗਏ ਉੱਥੇ ਜਾ ਕੇ ਪੁੱਛਣ ਦੇ ਭਾਈ ਜੁੱਤੀ ਕਿੰਨੇ ਦੀ ਕਹਿੰਦਾ 550 ਦੀ ਕਹਿੰਦਾ ਬਾਹਰ ਰੱਖ ਬਾਂਦਰ ਕਿਲਾ ਖੇਡੀਏ ਛਲੀਆਂ ਵਾਲਾ ਕੋਟ ਖਾਲੀ ਉਹਨੂੰ ਕਹਿੰਦੇ 101 ਦਾਣੇ ਵਾਲੀ ਛਲੀ ਦੇਈ ਸਦਰ ਤੂੰ ਸਦਰ ਦਾ ਸਰੀ ਰਹਿ ਮੇਰਾ ਭਾਈ ਸਦਰ ਵਾਕਈ ਮੈਨੂੰ ਮੱਕੂ ਵਾਲੇ ਚ ਕੱਢ ਦੋ ਅੱਲਾ ਨਾ ਕਰੇ ਜੇਲ੍ਹ ਚ ਚਲੇ ਗਏ ਉੱਥੇ ਬੰਦੇ ਨੂੰ ਪੁੱਛਿਆ ਵੀ ਤੂੰ ਕਿਹੜੇ ਕੇਸ 'ਚ ਆਇਆ ਉਹ ਕਹਿੰਦਾ 302 ਦੇ ਤੇ ਅੱਗੋਂ ਉਹਨੂੰ ਕਹਿੰਦਾ ਹੱਥ ਫੁੱਟ ਮੈਂ 150 ਦੇ ਕੇਸ 'ਚ ਆਇਆ ਲਓ ਨਾਜ਼ਰੀਨ ਇਸ ਭਾਈ ਨੂੰ ਇਜਾਜ਼ਤ ਦੇਣਾ ਜੀ ਕਿਉਂਕਿ ਹੋਰ ਕਰੈਕਟਰ ਆ ਗਏ ਨੇ ਕੰਮ ਚੱਲਦੇ ਰਹਿਣਾ ਸਰ ਬਹੁਤ ਸ਼ੁਕਰੀਆ ਥੈਂਕ ਯੂ ਤਾੜੀਆਂ ਆਪੇ ਲਾਉਣਗੇ ਨਹੀਂ ਤਾਂ ਨਾ ਇੱਥੋਂ ਕਰੈਕਟਰ ਉੱਠਿਆ ਤੇ ਹਾਜੀ ਨਾਦਰ ਫੌਰਨ ਮੇਰੇ ਕੋਲ ਪਹੁੰਚਿਆ ਹਾਜੀ ਨਾਦਰ ਕਹਿੰਦਾ ਕਿੱਥੇ ਨੂੰ ਮੈਂ ਜਾਣ ਨਹੀਂ ਦੇਣਾ ਮੈਂ ਆਪ ਹੀ ਜੁਗਤਾ ਕਰਾਂ ਹਾਈ ਸਾਹਿਬ ਕੀ ਹਾਲ ਠੀਕ ਹੋ ਮੈਂ ਕਹਿੰਦਾ ਵਧੀਆ ਤੂੰ ਸੁਣਾ ਅੱਲਾ ਦੀ ਰਹਿਮਤ ਹਾਈ ਸਾਹਿਬ ਇਹ ਸਾਰਿਆਂ ਨੇ ਮੇਰੀ ਜੁਗਤਾ ਕੀਤੀ ਆ ਵਾ ਅੱਛਾ ਜੀ ਤੇ ਤੂੰ ਇਕੱਲੇ ਇਕੱਲੇ ਨੂੰ ਜੁਗਤਾ ਕਰ ਰਹੀ ਆ ਮੈਂ ਕਹਿੰਦਾ ਟੈਨਸ਼ਨ ਨਾ ਲੈ ਖਾਲੀ ਪਲਾਟ ਕੋ ਬੈਠਾ ਰੋਣ ਦਿਆ ਮੈਂ ਕਿਹਾ ਕੀ ਹੋਇਆ ਕਹਿੰਦਾ 150 ਤਵਾ ਵਧਾਇਆ ਸੀ ਮਕਾਨ ਵੀ ਲੈ ਗਏ ਆ ਮਕਾਨ ਵੀ ਲੈ ਗਏ ਪਾਣ ਤੁਸੀਂ ਹਾਜੀ ਸਾਹਿਬ ਦੇ ਬਾਰੇ ਕੋ ਤੁਹਾਨੂੰ ਹੈ ਨੌਲੇਜ ਕੋ ਇਲਮ ਕੋ ਪਤਾ ਹੋਵੇ ਉਹ 150 ਤਵਾ ਆਪਣੀ ਪੂਛ ਇੱਥੇ ਚੜ ਗਿਆ ਦੇਖਦਾ ਵਾ ਕਹਿੰਦਾ ਅਬ ਨਾ ਕਹੀ ਇਹਨਾਂ ਨੇ ਸਿਰ ਐ ਬੰਨਿਆ ਇੱਕੋ ਹੀ ਉਂਠਣੀ ਦੇ ਮਾਲਕ ਹੁੰਦੇ ਇੱਕੋ ਹੀ ਉਂਠਣੀ ਅੱਛੀ ਗੱਲ ਆ ਇਹ ਭਾਈ ਦੇ ਦੰਦ ਕਾਲੇ ਤੇ ਉਹ ਤਾਂ ਟੂ ਪੇਸ ਨਹੀਂ ਕਰਨ ਦਿਆ ਗੋਲਡ ਪਰਲ ਆ ਰਿਹਾ ਗੋਲਡ ਪਰਲ ਇਹ ਭਾਈ ਹੁਣੀ ਨਾ ਮਹੱਲੇ ਦੇ ਚੌਧਰੀ ਹੁੰਦੇ ਤੇ ਮੁੱਛਾਂ ਹੈ ਨਹੀਂ ਪਰਵਟੀਆਂ ਨੂੰ ਵਟ ਦੇਂਦੇ ਆਪਣੇ ਅੱਬੂ ਤੋਂ ਬਹੁਤ ਖਿਜਿਆ ਆ ਕਾਰ ਦੀਆਂ ਬ੍ਰੇਕਾਂ ਫੇਲ ਕਰਕੇ ਉਹਨੂੰ ਚਾਬੀ ਦੇਂਦਾ ਕਹਿੰਦਾ ਜਾਓ ਝੂਟਾ ਲੈ ਕੇ ਆਓ
ਬੱਜੇ ਕਿਸੇ ਪਾਸੇ ਬੱਜੇ ਕਿਸੇ ਪਾਸੇ ਪਾਨ ਪਾਨ ਮੁੱਕਿਆ ਨਹੀਂ ਬਿਲਕੁਲ ਮੁੱਕ ਚਲਾ ਮੈਂ ਤੁਹਾਡੇ ਪਾਨ ਦੇ ਇੰਤਜ਼ਾਰ ਜਾਂ ਕਦੋਂ ਮੁੱਕੇ ਮੇਰਾ ਭਰਾ ਭਾਈ ਸਾਹਿਬ ਆ ਗਏ ਮੇਰੇ ਮੁੱਕਣ ਹੀ ਨਹੀਂ ਦਿਆ ਲਾਲ ਸ਼ਰਟ ਪਾਈ ਐਦਾਂ ਲੱਗਦਾ ਉੱਥੇ ਥੁੱਕ ਹੀ ਜਾਂਦੇ ਆ ਭਾਈ ਸਾਹਿਬ ਨੇ ਆਪਣੇ ਆਪ ਨੂੰ ਛੱਤ ਧੱਕਾ ਦਿੱਤਾ ਮੈਂ ਕਹੇ ਕੀ ਕਹਿੰਦਾ ਸਟਿੰਗ ਨਾ ਪੀਆ ਤੂੰ ਫਿਰ ਕਹਿ ਜੀ ਲੈ ਭਾਈ ਇਹਦਾ ਵੱਡਾ ਭਰਾ ਕਹਿੰਦਾ ਅੱਬੂ ਦਾ ਐਕਸੀਡੈਂਟ ਹੋ ਗਿਆ ਕਹਿੰਦਾ ਓ ਯੈਸ ਭਾਈ ਹੁਣਾਂ ਦੇ ਇਹਨਾਂ ਨੇ ਨਾ ਇਹਦੇ ਅੱਬੂ ਨੇ ਇਹਨੂੰ 150 ਰੁਪਈਆ ਦਿੱਤਾ ਜਾ ਆਪਣੇ ਲਈ ਬੂਟ ਲੈ ਕੇ ਆ ਇੱਕ 20 ਰੁਪਈਏ ਘੱਟ ਸੀਗੇ ਤੇ ਉਹਨੂੰ ਜਾ ਕਹਿੰਦੇ ਆ ਭਾਈ ਤਸਮੇ ਰਹਿਣ ਦੇ ਬੂਟ ਦੇ ਦੇ ਇਸ ਬੱਚੇ ਨੇ ਵਾਕਈ ਸਾਰਿਆਂ ਨਾਲ ਅੱਛੀਆਂ ਗੱਲਾਂ ਕੀਤੀਆਂ ਇਸ ਬੱਚੇ ਵਾਸਤੇ ਭਰਮੀ ਕਲੈਪ ਹੋਣੀ ਚਾਹੀਦੀ ਯਾਰ ਬਹੁਤ ਅੱਛੇ ਯਾਰ ਲਓ ਨਾਜ਼ਰੀਨ ਫੇਰ ਉਧਰੋਂ ਵੀ ਕਰੈਕਟਰ ਚੇਂਜ ਇਧਰੋਂ ਵੀ ਕਰੈਕਟਰ ਚੇਂਜ ਹੁਣ ਦੇਖਦੇ ਆ ਕਰੈਕਟਰ ਕੀ ਕਰਦੇ ਅਸਲਾਮ ਵਾਲੇਕੁਮ ਭਾਈ ਵਾਲੇਕੁਮ ਸਲਾਮ ਭਾਈ ਹਾਲ ਠੀਕ ਹੋ ਠੀਕ ਠਾਕ ਬਈ ਛੱਡੋ ਬਾਕੀ ਗੱਲਾਂ ਜੁਗਤਾਂ ਕਰੋ ਮੇਰਾ ਭਾਈ ਜੀ ਬਈ ਹੁਣੀ ਐਕਸੀਡੈਂਟ ਹੋਇਆ ਹੈ ਕਿ ਐਕਸੀਡੈਂਟ ਹੋਇਆ ਸਾਰੇ ਇਦਾਂ ਬੋਲਦੇ ਭਾਈ ਕੋਲੇ ਐਕਸੀਡੈਂਟ ਦਾ ਮਤਲਬ ਹੈ ਐਕਸੀਡੈਂਟ ਹੋਇਆ ਤੇ ਬਾਈ ਹੁਣੀ ਕਹਿੰਦੇ ਪਰੇ ਪਰੇ ਹੋਏ ਮੇਰੇ ਅੱਬੂ ਦਾ ਹੋਇਆ ਅੱਗੇ ਗਿਆ ਤੇ ਖੋਤਾ ਬਸ ਵਜਾ ਯਾਰ ਪਹਿਲੇ ਕੀ ਹੋਇਆ ਸੀ ਪਹਿਲੇ ਕੀ ਸੀ ਪਹਿਲੇ ਐਕਸੀਡੈਂਟ ਕਰੋ ਹੀ ਜੁਗ ਠੀਕ ਹੋ ਗਿਆ ਮਹੱਲੇ 'ਚ ਜਾਣ ਦਿਆ ਤੇ 3-4 ਕੁੱਤੇ ਪੈ ਗਏ ਤੇ ਘਰ ਪਿਓ ਨਾਲ ਲੜ ਪਿਆ ਕਹਿੰਦਾ ਤੇਰੀ ਵਾਕਫੀਅਤ ਦਾ ਕੀ ਫਾਇਦਾ ਉਹ ਬੰਦਿਆਂ ਨਾਲ ਵਾਕਫੀਅਤ ਹੁੰਦੀ ਮਰੇ ਇਹ ਭਾਈ ਹੁਣੀ ਅੱਗੇ ਆਏ ਅੱਬੂ ਨੂੰ ਅੱਬੂ ਦੇ ਅੱਬੂ ਨਾਲ ਲੈ ਕੇ ਆ ਤੇ ਮੇਰੀ ਵਾਕਫੀਅਤ ਬਾਰਿਸ਼ ਹੋ ਰਹੀ ਤੇ ਬੱਦਲ ਗਰਜ ਰਿਹਾ ਗੜ 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 ਤੇ ਬੁੜੇ ਨੂੰ ਕਾਲਾ ਸੂਟ ਪਾ ਕਹਿੰਦਾ ਜਾਓ ਚੀਜ਼ ਲੈ ਕੇ ਆਓ ਕਹਿੰਦਾ ਫਿਰ ਬਿਜਲੀ ਪਵੇ ਆ ਭਾਈ ਵੀ ਸੁਪਰਮੈਨ ਹੁੰਦਾ ਤੇ ਬੋਲਾ ਹੁੰਦਾ ਐਡੂ 'ਚ ਚਲਾ ਗਿਆ ਉੱਤੋਂ ਫਰਿਸ਼ਤਿਆਂ ਨੇ ਘੇਰ ਲਿਆ ਘੇਰ ਲਿਆ ਬਾਈ ਹੁਣੀ ਸੁਪਰਮੈਨ ਉੱਡੇ ਤੇ ਨਿਆਣਿਆਂ ਨੇ ਗਾਠੀ ਪਾ ਲਈ ਆ ਵੀ ਸੁਪਰਮੈਨ ਸੀ ਘਰ 'ਚ ਉੱਡਿਆ ਫਿਰਵੇਂ ਪੱਖੇ 'ਚ ਵੱਜ ਗਿਆ ਭਾਈ ਆ ਭਾਈ ਵੀ ਸੁਪਰਮੈਨ ਹੁੰਦਾ ਤੇ ਆਪਣਾ ਆਬਾ ਮਾਰਦਾ ਘਰ ਐ ਕਰਕੇ ਉੱਡ ਗਿਆ ਸਾਬੇ ਦੇ ਮੁਕਾਬਲੇ ਭਾਈ ਸੁਪਰਮੈਨ ਸੀ ਪਿਛਲਾ ਪੱਲਾ ਐਡਾ ਵੱਡਾ ਵਿਛਾ ਲਿਆ ਤੁਰ ਕੇ ਗਿਆ ਤੇ ਘਰ ਇੰਨਾ ਕੂੜਾ ਲੈ ਗਿਆ ਲਓ ਜੀ ਆਖਰੀ ਟਾਈਮ ਚੱਲ ਰਿਹਾ ਕਿਸੇ ਦੋਸਤ ਦਾ ਬਾਪ ਨੇ ਬਾਅਦ 'ਚ ਨੇ ਕਹਿਣਾ ਕਿ ਯਾਰ ਮੈਂ ਜੁਗਤਾਂ ਕਰਨੀਆਂ ਸੀਗੀਆਂ ਮੈਨੂੰ ਬਹੁਤ ਗੱਲਾਂ ਆਉਣੇ ਸੀ ਇੱਥੇ ਆ ਕੇ ਕਰ ਸਕਦਾ ਅਗਰ ਖਲੋ ਕੇ ਕਰਨੀਆਂ ਖਲੋ ਕੇ ਵੀ ਦੱਸ ਦੇਣਾ ਹਾਂਜੀ ਆ ਭਾਈ ਵੀ ਇੰਨਾ ਸੁੱਕਾ ਤਾਂ ਸੂਈ 'ਚ ਧਾਗਾ ਪਾਉਂਦਾ ਤੇ ਉਂਗਲ ਪਸਾਲੀ ਅੱਛੀ ਗੱਲ ਆ ਹਾਈ ਸਾਹਿਬ ਨੂੰ ਗਲੀ 'ਚ ਵਿਆਹ ਨਹੀਂ ਸੱਦਿਆ ਤੇ ਪੱਕਦੀ ਦੇਖ ਲੈ ਇੱਟਾਂ ਕਰਨ ਲੱਗਦਾ ਸਾਡੀਆਂ ਹਾਈ ਸਾਹਿਬ ਸੁਪਰਮੈਨ ਸੀਗੇ ਤੇ ਇਹਨਾਂ ਨੂੰ ਕਿਹਾ ਉੱਡ ਕਹਿੰਦੇ ਪਹਿਲੇ ਮੈਨੂੰ ਕੜੀ ਚੌਲ ਖਵਾਓ ਇੰਨੀ ਕੀ ਹੁੰਦੀ ਭਾਈ ਤੁਸੀਂ ਬਰਗਰ ਪੈਕ ਕਰਾ ਲੈਣਾ ਸੀ ਇੱਥੇ ਜ਼ਰੂਰ ਲਵਾਇਆ ਉਹ ਬਰਗਰ ਭਾਈ ਜੰਗ ਲੱਗੀ ਤੇ ਇਹਨਾਂ ਸਾਰੇ ਫੌਜੀਆਂ ਨੂੰ ਵਾਪਸੀ ਬੁਲਾਇਆ ਗਿਆ ਤੇ ਉਹਨਾਂ ਦੁਸ਼ਮਣ ਨੇ ਨਾ ਭਾਈਆ ਭਾਈਆਂ ਨੂੰ ਬੰਦੂਕ ਸਿੱਧੀ ਕੀਤੀ ਤੇ ਬੰਦੂਕ ਛੱਡ ਕੇ ਭੱਜ ਗਿਆ ਮੈਂ ਕਿਹਾ ਕਦੋਂ ਭੱਜਿਆ ਕਹਿੰਦਾ ਸਮਝਦਾਰ ਲਈ ਇਸ਼ਾਰਾ ਹੀ ਕਾਫੀ ਹੁੰਦਾ ਭਾਈ ਹੁਣੀ ਨਾ ਫੌਜ 'ਚ ਚਲ ਗਏ ਤੇ ਕੁੱਬਾ ਹੁੰਦਾ ਸਾਰੇ ਫੌਜੀ ਮਰ ਗਏ ਇਹ ਨਹੀਂ ਮਰੇਗਾ ਮਰਿਆ ਮੈਂ ਕਿਹਾ ਤੂੰ ਕਿਉਂ ਮਰਿਆ ਕਹਿੰਦਾ ਮੈਂ ਕੁੱਬਾ ਸੀ ਮੇਰੇ ਉੱਥੋਂ ਦੀ ਗੋਲੀ ਲੰਘੀ ਗਈ ਕੁੱਬਾ ਕਰਾਤਾ ਹਾਂ ਓਏ ਭਾਈ ਹੁਣਾਂ ਨੇ ਮਦਾਰੀ ਦੀ ਕੱਟ ਖਾ ਲਈ ਉਹ ਭਾਈ ਨੇ ਸਾਫ ਸੁੱਟਿਆ ਨੇ ਅਬੂ ਦਾ ਜਾ ਕੇ ਨਾਲਾ ਬੰਨਤਾ ਲਓ ਨਾਜ਼ਰੀਨ ਸਭ ਦੋਸਤਾਂ ਬਾਪ ਦਾ ਸਾਰੇ ਯਾਰਾਂ ਦੋਸਤਾਂ ਦਾ ਕਾਮੇਡੀਅਨ ਦਾ ਜਿਨ੍ਹਾਂ ਨੇ ਜੁਗਤਾਂ ਕੀਤੀਆਂ ਮਿੱਠੀਆਂ ਪਿੱਕੀਆਂ ਸਾਰੀਆਂ ਕਬੂਲ ਕਰ ਰਹੀਆਂ ਇਹਨਾਂ ਦੇ ਪਿਆਰ ਦਾ ਮੁਹੱਬਤ ਦਾ ਲਵ ਯੂ ਇਹ ਖੁਸ਼ ਰਹਿਣ ਆਬਾਦ ਨਾਲ ਤੁਹਾਨੂੰ ਪਤਾ ਮੱਕੂ ਆਣੇ ਨਵੇਂ ਤੋਂ ਨਵਾਂ ਸ਼ੋਅ ਹੁੰਦਾ ਅਤੇ ਨਵੇਂ ਤੋਂ ਨਵੇਂ ਸਾਨੂੰ ਲੜਕੇ ਲੱਭਦੇ ਨਵੇਂ ਤੋਂ ਨਵਾਂ ਟੈਲੈਂਟ ਲੱਭਦਾ ਔਰ ਨਵੇਂ ਤੋਂ ਨਵੀਆਂ ਗੱਲਾਂ ਲੱਭਦੀਆਂ ਸਾਡਾ ਜਿਹੜਾ ਚੈਨਲ ਆ ਸੱਜਾਦ ਜਾਨੀ ਆਫੀਸ਼ੀਅਲ ਉਹਨੂੰ ਸਬਸਕ੍ਰਾਈਬ ਕਰ ਦਿਓ ਜਾਨੀ ਟੀਮ ਵਲੌਗ ਉਹਨੂੰ ਸਬਸਕ੍ਰਾਈਬ ਕਰ ਦਿਓ ਸਾਡਾ ਇੱਕ ਹੋਰ ਚੈਨਲ ਆ ਫਨੀ ਕਾਲਜ਼ ਉਹ ਫਨੀ ਕਾਲਜ਼ ਚੈਨਲ ਲਾਜ਼ਮੀ ਵਿਜ਼ਿਟ ਕਰਿਆ ਕਰੋ ਲਾਜ਼ਮੀ ਵਾਚ ਕਰਿਆ ਕਰੋ ਤੁਹਾਨੂੰ ਉੱਥੇ ਵੀ ਅੱਛੀ ਤੋਂ ਅੱਛੀ ਕਾਲ ਮਿਲੇਗੀ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਪਾਕਿਸਤਾਨ ਲਵ ਯੂ ਜੀ